Video can tear. ਕੀ ਹਾਲ ਹੈ ਜੀ ਸਰਦਾਰ ਸਾਹਿਬ ਠੀਕ ਹੋ ਹੁਣ ਤੁਸੀਂ ਫੋਟੋ ਨਹੀਂ ਖਿੱਚਦੇ ਮੇਰੀ ਇਹਨਾਂ ਨੇ ਨਾ ਬਥੇਰੇ ਵਾਰੀ ਸਾਨੂੰ ਸਟਾਈਲ ਬਣਵਾ ਬਣਾ ਕੇ ਫੋਟੋਆਂ ਖਿੱਚਦੇ ਰਹੇ ਜਦੋਂ ਮੈਂ ਪਹਿਲੀ ਵਾਰੀ MLA ਬਣਿਆ ਪਰ ਅਗਲੇ ਦਿਨ ਸਾਰੀ ਦਿਹਾੜੀ ਮੈਂ ਅਖਬਾਰ ਭਾਲਦਾ ਰਹਿੰਦਾ ਸੀ ਕਿਤੇ ਫੋਟੋ ਨਹੀਂ ਮੈਨੂੰ ਤੇ ਅਗਲੇ ਦਿਨ ਫਿਰ ਆ ਜਾਂਦੇ ਕਿ ਨਹੀਂ ਫੋਟੋ ਖਿੱਚਣੀ ਫਿਰ ਹੌਲੀ ਹੌਲੀ ਪਤਾ ਲੱਗ ਗਿਆ ਫੋਟੋ ਦਾ ਰਾਜ਼ ਕੀ ਨਹੀਂ ਤੁਹਾਡਾ ਕਸੂਰ ਨਹੀਂ ਹੈ ਐਵੇਂ ਕਹਿ ਰਹੇ ਮੈਂ ਤਾਂ ਵੈਸੇ ਤੁਹਾਡਾ ਮਜ਼ਾਕ ਕਰਦਾ ਅੱਛਾ ਜੀ ਤੁਹਾਡਾ ਸਮਾਂ ਖਰਾਬ ਨਾ ਕਰਦੇ ਹੋਏ ਸਭ ਤੋਂ ਪਹਿਲਾਂ ਯਾਰ ਇੱਕ ਨਾ ਵੀਰ ਬਣ ਕੇ ਪਿੱਛੇ ਅੱਜ ਕੈਮਰਾ ਪਿੱਛੇ ਬੋਲਿਓ ਨਾ ਆਪਾਂ ਬਾਅਦ ਸ਼ੁਰੂ ਹੋ ਜਾਂਦੇ ਵੀਰ ਬਣ ਕੇ ਚਲੋ ਜੀ ਮੈਂ ਸੋਚਿਆ ਅਸੀਂ ਲੜਦੇ ਹਾਂ ਪਰ ਤੁਸੀਂ ਵੀ ਲੜਦੇ ਹੋ ਤੁਹਾਡਾ ਸਾਰਿਆਂ ਦਾ ਪਹਿਲਾਂ ਤਾਂ ਮੈਂ ਦਿਲ ਦੀਆਂ ਗਹਿਰਾਈਆਂ 'ਚੋਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਔਰ ਧੰਨਵਾਦੀ ਹਾਂ ਕਿ ਤੁਸੀਂ ਅੱਜ ਆਪਦੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਐਂਡ ਧੰਨਵਾਦੀ ਇਸ ਕਰਕੇ ਵੀ ਹੈ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤੁਸੀਂ ਆਪਦਾ ਬਹੁਤ ਵੱਡਾ ਯੋਗਦਾਨ ਸਾਡੇ ਮਹਿਕਮੇ ਦੀਆਂ ਜਿਹੜੀਆਂ ਕੰਮ ਸੀ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ ਹਾਂ ਨਾਲ ਹੀ ਨਾਲ ਮੈਂ ਅੱਜ ਆਪਣਾ ਅੱਜ ਮੈਨੂੰ 22ਵਾਂ ਦਿਨ ਹੈ ਮਿਨਿਸਟਰ ਬਣਿਆ ਸੋ ਮੈਂ ਮਹਿਸੂਸ ਕਰਦਾ ਹਾਂ ਕਿ ਮੇਰਾ ਫਰਜ਼ ਬਣਦਾ ਕਿ ਜਿਹਨਾਂ ਲੋਕਾਂ ਨੇ ਸਾਨੂੰ ਚੁਣ ਕੇ ਇੱਥੋਂ ਤੱਕ ਭੇਜਿਆ ਔਰ ਟਰਾਂਸਪੋਰਟ ਮੰਤਰੀ ਬਣਾਇਆ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਆਪਦਾ ਰਿਪੋਰਟ ਕਾਰਡ ਪੇਸ਼ ਕਰੀਏ ਸੋ ਮੈਂ ਆਪਦੇ ਫਰਜ਼ਾਂ ਦੀ ਪੂਰਤੀ ਕਰਦਾ ਹੋਇਆ 21 ਦਿਨਾਂ ਦਾ ਕਿਉਂਕਿ ਅੱਜ 22ਵਾਂ ਦਿਨ ਹੈ 21 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰ ਰਿਹਾ ਜਦੋਂ ਤੋਂ ਮੈਨੂੰ ਇਹ ਵਿਭਾਗ ਦੀ ਜ਼ਿੰਮੇਵਾਰੀ ਮਿਲੀ ਹੈ ਕਿ ਅਸੀਂ ਇਹਦੇ ਵਿੱਚ ਕੀ ਪ੍ਰਾਪਤੀਆਂ ਕੀਤੀਆਂ 21 ਦਿਨਾਂ ਦੇ ਅੰਦਰ ਕੀ ਸਾਡੀ ਕਾਰਗੁਜ਼ਾਰੀ ਰਹੀ ਕੀ ਸਾਡੇ ਕੰਮ ਰਹੇ ਉਹਦਾ ਰਿਪੋਰਟ ਕਾਰਡ ਤੁਹਾਨੂੰ ਅੱਜ ਪੇਸ਼ ਕਰਨ ਜਾ ਰਿਹਾ ਪਰ ਮੈਂ ਆਪਦੀਆਂ ਰਿਪੋਰਟ ਕਾਰਡ ਪੇਸ਼ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਇਤਿਹਾਸ ਬਾਰੇ ਚਾਨਣਾ ਪਾਉਣਾ ਚਾਹੁੰਦਾ ਕਿ ਸ਼ਾਇਦ ਮੈਨੂੰ ਰਿਪੋਰਟ ਕਾਰਡ ਪੇਸ਼ ਕਰਨ ਦੀ ਜਾਂ ਕੰਮ ਕਰਨ ਦੀ ਅੱਜ ਜ਼ਰੂਰਤ ਨਾ ਹੁੰਦੀ ਸੋ ਇਸ ਕਰਕੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਵਾਂਗਾ ਅੱਜ ਤੋਂ 15-20 ਵਰੇ ਪਹਿਲਾਂ ਅੱਜ ਮੇਰੀ ਉਮਰ 42 ਸਾਲ ਦੀ ਹੈ ਅਤੇ ਜਦੋਂ 20 ਵਰੇ ਪਹਿਲਾਂ ਲੋਕ ਸਿਆਸੀ ਲੋਕਾਂ ਬਾਰੇ ਗੱਲ ਕਰਦੇ ਸੀ ਜਾਂ ਸਿਆਸੀ ਸਮੀਕਰਨ ਬਾਰੇ ਗੱਲ ਕਰਦੇ ਸੀ ਉਦੋਂ ਮੇਰੇ ਅਤੇ ਤੁਹਾਡੇ ਕੰਨਾਂ ਦੇ ਵਿੱਚ ਕਦੇ ਗੂੰਜ ਸੁਣਾਈ ਨਹੀਂ ਦਿੱਤੀ ਜਾਂ ਆਵਾਜ਼ ਸੁਣਾਈ ਨਹੀਂ ਦਿੱਤੀ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਮਾਫੀਆ ਨਾਮ ਦਾ ਜਿਹੜਾ ਸ਼ਬਦ ਸੀਗਾ ਉਹ ਪੰਜਾਬ ਦੇ ਲੋਕਾਂ ਨੂੰ ਕਦੇ ਸੁਣਨ ਨੂੰ ਨਹੀਂ ਮਿਲਿਆ ਸੀ ਅੱਜ ਤੋਂ 15-20 ਵਰੇ ਪਹਿਲਾਂ ਇਹ ਤਾਂ ਹੁੰਦਾ ਸੀ ਕਿ ਛੋਟੇ ਮੋਟੇ ਇਲਜ਼ਾਮਤ ਲੱਗਦੇ ਰਹੇ ਲੇਕਿਨ ਸਰਕਾਰਾਂ 'ਤੇ ਲੇਕਿਨ ਮਾਫੀਆ ਬਾਰੇ ਕਦੇ ਕਿਸੇ ਨੇ ਟਿੱਪਣੀ ਜਾਂ ਗੱਲ ਨਹੀਂ ਕੀਤੀ ਸੀ ਔਰ ਪਿਛਲੇ 15-20 ਸਾਲਾਂ ਦੇ ਵਿੱਚ ਇੱਕ ਮਾਫੀਆ ਦਾ ਜਨਮ ਹੋਇਆ ਕਈ ਪ੍ਰਕਾਰ ਦੇ ਮਾਫੀਆ ਪੈਦਾ ਹੋ ਗਏ ਕਈ ਪ੍ਰਕਾਰ ਦੇ ਮਾਫੀਆ ਨੇ ਜਨਮ ਲੈ ਲਿਆ ਰੇਤ ਮਾਫੀਆ ਕੇਬਲ ਮਾਫੀਆ ਡਰੱਗ ਮਾਫੀਆ ਟਰਾਂਸਪੋਰਟ ਮਾਫੀਆ ਜਿਹਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ
और जीरा सीधा सीधा जे ट्रांसपोर्ट माफिया की गल करिए वैसे तो तमाम माफिया का यह जन्म जेड़ा सी जन्म जेड़ा सी इरे जेड़े बानी सी इरे जन्मदाता सन ओ जीजा साला सन यानी कि मेरे कहने तो भाव सुखबीर सिंह बादल ते विक्रम सिंह मजीठिया सरकार पहला भी तुसी ये समझोगे कि शायद मैं विरोधी होने के नाते किसी पर दोष ला रहा सरकार पहला भी अकाली दल की बनती रही लेकिन उरे च माफिया नहीं पैदा हुए अज तो 20 साल पहला पर जदों तो जीजा साले ने वागडोर संभाली उदों तो फिर ये माफिया ने जन्म ले लिया ते जो मैं ट्रांसपोर्ट की गल करा तो सीधा सीधा बाकी तो सारे माफिया सीधे जा सीधे तौर पर आइदर इफ आई टॉक अबाउट ड्रग्स इफ आई टॉक अबाउट रेता वो सारे केबल वो सारे इन्हों जुड़े हुए इन्हों इन बंद लेकिन ट्रांसपोर्ट नहीं मैं समझता कि बादल परिवार रहा उन्हों का ना है उन्होंने ट्रांसपोर्ट्स है उन्होंने कंपनीस है अज मैं ये भी कहना चाहवागा कि ना केवल एक कंपनी नहीं है लोगों को पता है कि एक ऑर्बिट कंपनी है लोगों को पता है कि एक डब वाली ट्रांसपोर्ट है लेकिन लोगों को होर कंपनीज के बारे जानकारी नहीं एक ताज ट्रांसपोर्ट है एक स्वागतम ट्रांसपोर्ट है स्वागतम किसी को नहीं पता एक राजधानी ट्रांसपोर्ट है एक जिंग जिंग कोई ट्रांसपोर्ट है सो इस एक इंडो कनेडियन ट्रांसपोर्ट है सो वक् वक् नामां ते मेरे उन्हां सज्जणां ने जिन्हां नूं पंजाब नूं जिन्हां ने लुट्टिया इह इह माफिया माफिया चलाया पर इत्थे मैं ना केवल ये गल करांगा मैं अपनी सरकार जिहड़ी कैप्टन अमरिंदर सिंह की सरकार सी साढ़े चार साल मैनू साढ़े चार साल की जिहड़ी कारगुजारी दे संबंध विच भी मैं पछताप करना चाहता हाँ मैं पंजाब के लोगों तो पंजाब की जनता तो जिन्होंने सानू इत्थे चुन के भेजा सी उन्होंने तो माफ़ी मंगना चाहना है मैनू पछताप है कि असी साढ़े चार साल जो लोगों नाल वादे किए सन असी सरकार बन तो पहला वो कई वादे कई चीजा असी पूरियां नहीं कर सके अज कल परसों मैनू कोई प्रेस वाले सवाल कर रहे सन कि कैप्टन अमरिंदर सिंह महसूस कर रहे हैं कि उन्होंने बेइज्जत करके लाया गया ये बिल्कुल गलत गल है वो कहते कि कैप्टन अमरिंदर सिंह ने 84 की गल की उन्होंने अस्तीफा दिता उन्होंने पानिया की गल की बिल्कुल ठीक है की और अगर पानिया की गल की 84 की गल की तो पंजाब के लोगों ने तो कांग्रेस पार्टी ने उन्होंने मुख्यमंत्री बनाया और 9.5 साल इतिहास के पंजाब का मुख्यमंत्री होर कोई नहीं रहा कांग्रेस पार्टी के केवल कैप्टन अमरिंदर सिंह रहे लेकिन इस बारी जो मैंडेट मिलिया सीगा ये तमाम जेड़े वादे माफिया खत्म करने के वादे ये कैप्टन अमरिंदर सिंह ने किए सी जिदे विच असी भी MLA सां ये उन्होंने किए सी सो मैं समझदा कि वह जरा गुप्त समझौता सीगा मैं इत्थे ये गल कहांगा कि कैप्टन अमरिंदर सिंह पंजाब दे CM ना हो वो एक कॉम्प्रोमाइज चीफ मिनिस्टर बन गए कॉम्प्रोमाइज चीफ मिनिस्टर कि उन्होंने तमाम उन्होंने लोगों कॉम्प्रोमाइज कर लिया जिन्होंने यह माफिया जिन्हों के राज आया BJP अकाली दल का अलायंस उन्होंने राज दे विच माफिया पैदा होया ते साढ़े चीफ मिनिस्टर साहब ने उन्होंने ही कॉम्प्रोमाइज कर लिया सिस्टम नू अपाहज बना दिता गया सिस्टम नू अपाहज बना दिता गया इस जिहड़ियां सारियां अज प्राप्तियां तुहानू गिणावांगा ट्रांसपोर्ट महकमे दियां ये 4 साल 4.5 साल पहला भी हो सकदियां सन इसे करके मैं अमरिंदर सिंह नू कॉम्प्रोमाइज चीफ मिनिस्टर का नाम दिता है जिवें कि कई वारी उह कहिंदे बस दे विच लिखिया हुंदा है बस दे विच कि सावधानी सावधानी हटी ते दुर्घटना घटी
ਤੇ ਉਹ ਸਰਕਸ ਵੇਖਿਆ ਹੋਣਾ ਤੁਸੀਂ ਆਮ ਅਸੀਂ ਛੋਟੇ ਹੁੰਦੇ ਵੇਖਦੇ ਸੀ ਇੱਕ ਉਹ ਰੱਸੀ ਤੇ ਚੱਲਦਾ ਬੰਦਾ ਤੇ ਉਹ ਬੈਲੈਂਸ ਬਣਾ ਕੇ ਰੱਖਦਾ ਉਹਦੇ ਹੱਥ 'ਚ ਸੋਟੀ ਹੁੰਦੀ ਹੈ ਤੇ ਉਹ ਬੈਲੈਂਸ ਬਣਾ ਕੇ ਚੱਲ ਰਿਹਾ ਹੁੰਦਾ ਤੇ ਜਦੋਂ ਬੈਲੈਂਸ ਵਿਗੜਿਆ ਉਹ ਬੰਦਾ ਥੱਲੇ ਸੋ ਇਹ ਬੈਲੈਂਸ ਉਹਨਾਂ ਨੇ ਵਿਗਾੜਿਆ ਜਿਹੜਾ ਉਤਰਾਣ ਵਾਲਾ ਕੰਮ ਹੈ ਪੰਜਾਬ ਦੀ ਜਨਤਾ ਇਹ ਨਹੀਂ ਚਾਹੁੰਦੀ ਸੀ ਪੰਜਾਬ ਦੀ ਜਨਤਾ ਇਹ ਚਾਹੁੰਦੀ ਸੀ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਕੰਪਰੋਮਾਈਜ਼ ਚੀਫ ਮਿਨਿਸਟਰ ਬਣ ਚੁੱਕੇ ਇਹਨਾਂ ਨੂੰ ਜਾਣਾ ਚਾਹੀਦਾ ਹੈ ਇਹ ਕਿਸੇ ਕਾਂਗਰਸ ਨੇ ਜਾਂ ਕਿਸੇ ਹੋਰ ਵਿਅਕਤੀ ਨੇ ਨਹੀਂ ਕੀਤਾ ਔਰ ਅੱਜ ਜਿਹੜਾ ਗੱਲਾਂ ਚੱਲ ਰਹੀਆਂ ਪਾਰਟੀ ਬਣਾਉਣ ਦੀਆਂ ਜਾਂ ਹੀ ਇਜ਼ ਟਾਕਿੰਗ ਅਬਾਊਟ ਕਿ ਅਸੀਂ ਬੀਜੇਪੀ ਨਾਲ ਅਲਾਇੰਸ ਕਰਾਂਗੇ ਜਾਂ ਫਲਾਂ ਇਹ ਸਾਰਾ ਸਾਰਾ ਉਹ ਕੰਪਰੋਮਾਈਜ਼ ਦਾ ਹਿੱਸਾ ਹੈ ਉਸ ਕੰਪਰੋਮਾਈਜ਼ ਦਾ ਹਿੱਸਾ ਹੈ ਸੋ ਇਹ ਸਾਰੇ ਵਾਅਦੇ ਉਦੋਂ ਹੋਏ ਲੇਕਿਨ ਚਲੋ ਇਹਦੇ ਨਾਲ ਨਾਲ ਮੈਂ ਹੁਣ ਆਪਦੇ ਕੰਮਾਂ ਕਾਰਾਂ ਦੀ ਗੱਲ ਕਰਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ 21 ਦਿਨਾਂ 'ਚ ਅਸੀਂ ਟੈਕਸ ਡਿਫਾਲਟਰ ਅਤੇ ਗੈਰ ਕਾਨੂੰਨੀ ਪਰਮਿਟ ਵਿਰੁੱਧ ਕਾਰਵਾਈ ਕੀਤੀ ਅਤੇ ਟੈਕਸ ਦਾ ਭੁਗਤਾਨ ਨਾ ਕਾਰਨ ਗੈਰ ਕਾਨੂੰਨੀ ਪਰਮਿਟ ਅਤੇ ਅਧੂਰੇ ਹੋਰ ਕਈ ਕਾਰਨਾਂ ਦੇ ਕਰਕੇ ਅਸੀਂ 258 ਬੱਸਾਂ 258 ਬੱਸਿਸ ਨੂੰ ਜ਼ਬਤ ਕਰ ਲਿਆ ਗਿਆ ਅਤੇ ਕਈ ਹੋਰਾਂ ਦੇ ਚਲਾਨ ਕੀਤੇ ਗਏ ਜਿਹੜੀਆਂ ਕਿ ਇੰਪਾਊਂਡ ਕੀਤੀਆਂ ਗਈਆਂ ਪਰ ਵੱਡੀ ਗੱਲ ਇਹ ਹੋਈ ਕਿ ਵਿਰੋਧੀ ਪਾਰਟੀ ਦੇ ਕਿਸੇ ਵੀ ਆਗੂ ਨੇ ਇਹ ਦਾਅਵਾ ਨਹੀਂ ਕੀਤਾ ਕਿ ਇਹ ਗਲਤ ਹੋਇਆ ਉਹਨਾਂ ਨੇ ਇਹ ਮੰਨਿਆ ਕਿ ਇਹ ਗਲਤੀਆਂ ਸਨ ਅਸੀਂ ਟੈਕਸ ਪੇ ਨਹੀਂ ਕੀਤਾ ਇਸ ਕਰਕੇ ਸਾਡੀਆਂ ਬੱਸਾਂ ਇੰਪਾਊਂਡ ਕੀਤੀਆਂ ਗਈਆਂ ਹਨ ਔਰ ਇਹਦੇ ਨਾਲ ਨਾਲ ਸਰਕਾਰੀ ਖਜ਼ਾਨੇ ਵਿੱਚ 3.29 ਕਰੋੜ ਰੁਪਏ ਦਾ ਸਾਨੂੰ ਜਿਹੜਾ ਕਿ ਟੈਕਸ ਕਲੈਕਸ਼ਨ ਹੋਈ ਹੈ ਹੁਣ ਤੱਕ 3,29,00,000 3,29,00,000 ਟੈਕਸ ਜਮ੍ਹਾਂ ਹੋ ਚੁੱਕਾ ਜਿਸ ਵਿੱਚ ਜ਼ਿਆਦਾ ਟੈਕਸ ਵੱਡੀਆਂ ਕੰਪਨੀਆਂ ਨੇ ਜਿਹੜਾ ਕਿ 25% ਜਿਹੜਾ ਸਾਨੂੰ ਦਿੱਤਾ ਔਰ ਇਹ ਵੀ ਦੱਸਾਂਗਾ ਕਿ ਟੈਕਸ ਇਹਨਾਂ ਨੂੰ ਅਸੀਂ 1 ਸਾਲ ਦਾ ਟੈਕਸ ਜਿੱਥੇ ਕਈ ਲੋਕ ਕੋਰੋਨਾ ਕਾਲ ਦੀ ਗੱਲ ਕਰਦੇ ਅਸੀਂ ਇਹਨਾਂ ਨੂੰ 1 ਸਾਲ ਦਾ ਟੈਕਸ ਪਹਿਲਾਂ ਸਾਡੇ ਕੁਝ ਸਾਥੀਆਂ ਨੇ ਉਹ ਟੈਕਸ ਦੇ ਵਿੱਚ ਰਾਹਤ ਦਿੱਤੀ ਪੂਰੇ ਸਾਲ ਦਾ ਮਗਰ 2020 ਦਾ ਮੁਕੰਮਲ ਟੈਕਸ ਇਟਸ ਅਪਰੋਕਸੀਮੇਟਲੀ ਅਬਾਊਟ 95 ਕਰੋੜ ਜਿਹੜਾ ਕਿ ਇਹਨਾਂ ਵੱਡੇ ਲੋਕਾਂ ਨੂੰ ਰਾਹਤ ਮਿਲ ਚੁੱਕੀ ਹੈ ਇਹ ਮੇਰੇ ਆਉਣ ਤੋਂ ਪਹਿਲਾਂ ਮਿਲੀ ਹੈ ਨਾਉ ਦੇ ਆਰ ਆਸਕਿੰਗ ਫੋਰ ਦਾ ਨਿਊ ਰਾਹਤ ਨਵੀਂ ਇਸ ਸਾਲ ਵੀ ਲੇਕਿਨ ਉਹਦੀ ਹਜੇ ਤਜਵੀਜ਼ ਬਣ ਰਹੀ ਹੈ ਅਗਰ ਬਣੇਗੀ ਤਾਂ ਤੁਹਾਨੂੰ ਦੱਸਾਂਗੇ ਸੋ ਸਭ ਤੋਂ ਵੱਡੀ ਅਤੇ ਅਹਿਮ ਗੱਲ 15 ਸਤੰਬਰ ਤੋਂ 30 ਸਤੰਬਰ ਤੱਕ ਸਾਡੇ ਕੋਲ PRTC ਔਰ ਪਨਬੱਸ ਦੀ ਜਿਹੜੀ ਬੁਕਿੰਗ ਸੀਗੀ 15 ਤੋਂ 30 ਜਾਣੀ ਕਿ 15 ਦਿਨ ਦੀ ਬੁਕਿੰਗ ਆਈ ਐਮ ਟਾਕਿੰਗ ਅਬਾਊਟ 15 ਡੇਜ਼ ਉਹ 46.28 ਸੀਗੀ ਜਾਣੀ ਕਿ 46,28,00,000 15 ਦਿਨਾਂ ਦੀ PRTC ਪਨਬੱਸ ਦੋਨਾਂ ਦੀ ਪਰ ਡੇ ਬੁਕਿੰਗ ਕੁਲੈਕਸ਼ਨ ਤੇ 1 ਅਕਤੂਬਰ ਤੋਂ ਬਾਅਦ 15 ਅਕਤੂਬਰ ਤੱਕ 54.26 ਕਰੋੜ 26 ਲੱਖ ਡੇਲੀ ਦੀ ਜਿਹੜੀ ਬੁਕਿੰਗ ਹੈ 15 ਦਿਨਾਂ ਦੀ ਬੁਕਿੰਗ ਇਹਦੇ ਵਿੱਚ ਅਗਰ ਆਮਦਨ ਚ ਵਾਧਾ ਗੱਲ ਕਰੀਏ ਹਾਂ 15 ਦਿਨ ਪਹਿਲਾਂ 15 ਦਿਨਾਂ ਦੀ ਦੋਵਾਂ ਸਾਡੀ ਕੰਪਨੀਜ਼ ਦੀ ਬੁਕਿੰਗ ਸੀਗੀ 46.28 ਹੁਣ ਅਗਰ 1 ਅਕਤੂਬਰ ਤੋਂ 15 ਅਕਤੂਬਰ ਦੀ ਗੱਲ ਕਰੀਏ ਜਦੋਂ ਮੈਂ ਸੰਭਾਲਿਆ ਕੰਮ ਤਾਂ 54.26 ਜਾਣੀ ਕਿ ਆਮਦਨ ਵਿੱਚ ਵਾਧਾ 7.7 ਕਰੋੜ 98 ਲੱਖ ਹਾਂਜੀ ਦਾ ਹੋਇਆ ਤੇ ਵਾਧੇ ਦੀ ਦਰ ਦੀ ਜੇ ਗੱਲ ਕਰੀਏ ਇੰਨੀ ਤਾਂ ਗਰੋਥ ਕਿਸੇ ਦੀ ਹੋਈ ਨਹੀਂ ਹੋਣੀ 17.24% 17.24% ਜਿਹੜਾ ਕਿ ਵਾਧਾ ਹੋਇਆ ਰੋਜ਼ਾਨਾ ਆਮਦਨ ਵਿੱਚ 53 ਲੱਖ ਮੈਂ ਕੁਰੈਕਟ ਕਰਨਾ ਚਾਹੁੰਦਾ ਜਿਹੜਾ ਕੱਲ ਪਰਸੋਂ 45 ਲੱਖ ਲਿਖਿਆ ਸੀ ਦੈਟ ਇਜ਼ ਨਾਟ ਅ ਕਰੈਕਟ ਫਿਗਰ 53 ਲੱਖ ਰੁਪਏ ਦਾ ਡੇਲੀ ਬੁਕਿੰਗ ਦੇ ਵਿੱਚ ਸਾਡੀਆਂ ਦੋਨਾਂ ਕੰਪਨੀਜ਼ ਦੇ ਵਾਧਾ ਕੀਤਾ ਔਰ ਅਗਰ ਅਗਰ ਇਹਨੂੰ 15 ਸਾਲ ਮਗਰ ਲੈ ਲਿਆ ਜਾਵੇ ਅਗਰ 15 ਸਾਲ ਮਗਰ ਕਰੀਏ ਕਿ ਅਗਰ 53 ਲੱਖ ਡੇਲੀ ਬੁਕਿੰਗ ਦੇ ਵਿੱਚ ਅਗਰ 50 ਲੱਖ ਲਾਈਏ ਕਿ ਡੇਲੀ ਬੁਕਿੰਗ ਦੇ ਵਿੱਚ 50 ਲੱਖ ਰੁਪਏ ਦਾ ਵਾਧਾ ਹੋ ਗਿਆ 15 ਦਿਨਾਂ 'ਚ
ਤੇ ਅਗਰ 15 ਸਾਲ ਜਾਨੀ ਕਿ 365 ਗੁਣਾ 15 ਸਾਲ 15 ਕਰ ਲਈਏ ਤੇ ਜੇ ਉਹ ਫਿਗਰ ਕੈਲਕੂਲੇਟ ਕਰੀਏ ਇਟਸ ਅਰਾਊਂਡ ਅਬਾਊਟ 2700 ਤੋਂ 3000 ਕਰੋੜ ਰੁਪਇਆ ਜਿਹੜਾ ਕਿ ਮਾਫੀਏ ਤੋਂ ਲੈਣਾ ਪੈਂਦਾ ਤੇ ਜਿਨ੍ਹਾਂ ਆਫੀਸ਼ੀਅਲਸ ਨੇ ਕਤਾਈ ਕੀਤੀ ਉਹਨਾਂ ਤੇ ਵੀ ਇਹ ਕਾਰਵਾਈ ਹੋਣੀ ਬਣਦੀ ਇਹ 3000 ਕਰੋੜ ਰੁਪਇਆ ਜਿਹਨੂੰ ਇਹ ਨਾ ਕੇਵਲ 3000 ਕਰੋੜ ਰੁਪਇਆ ਇਹ ਕਈ ਕਈ ਲੰਬੀ ਵੱਡੀ ਕਹਾਣੀ ਸੋ ਇਸ ਤੋਂ ਬਾਅਦ ਨਵੀਆਂ ਬੱਸਾਂ ਤੇ ਨਵੀਆਂ ਨੌਕਰੀਆਂ 842 ਬੱਸਾਂ ਨਵੀਆਂ ਬੱਸਾਂ ਖਰੀਦਣ ਲਈ ਟਾਟਾ ਕੰਪਨੀ ਨੂੰ ਆਰਡਰ ਦੇ ਦਿੱਤਾ ਗਿਆ ਹੈ ਜਿਹੜੀਆਂ ਕਿ 45 ਤੇ ਇਹਦੇ ਵਿੱਚੋਂ ਪੰਜਾਬ ਰੋਡਵੇਜ਼ ਦੀਆਂ 587 ਬੱਸਾਂ ਤੇ PRTC ਦੀਆਂ 255 ਬੱਸਾਂ 255 ਬੱਸਾਂ ਸ਼ਾਮਲ ਨੇ 45 ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਜਿਹੜੀਆਂ ਬੱਸਿਸ ਹੈ ਬਿਕੋਜ਼ ਜਦੋਂ ਮੈਂ ਆਇਆ ਉਹਨਾਂ ਨਾਲ ਗੱਲ ਕੀਤੀ ਪਹਿਲਾਂ ਉਹ ਡਿਲੇ ਕਰ ਰਹੇ ਸੀ ਲੇਕਿਨ ਸਾਡੀ ਉਹਨਾਂ ਨਾਲ ਗੱਲ ਹੋਈ ਕਿ 45 ਦਿਨਾਂ ਦੇ ਅੰਦਰ ਅੰਦਰ ਇਹ ਬੱਸਾਂ ਸਾਨੂੰ ਮਿਲ ਜਾਣਗੀਆਂ ਸੋ ਮੈਨੂੰ ਲੱਗਦਾ ਹੈ ਬਾਈ ਦਾ ਐਂਡ ਆਫ ਦਸੰਬਰ ਅਸੀਂ ਇਹਨਾਂ ਨੂੰ ਬਾਡੀ ਲਗਾ ਕੇ ਤੇ 842 ਬੱਸਾਂ ਉਹਦਾ ਟੈਂਡਰ ਵੀ ਫਲੋਟ ਕਰ ਦਿੱਤਾ ਗਿਆ ਹੈ ਬਾਡੀ ਦਾ ਵੀ ਇਹ ਤਾਂ ਆਰਡਰ ਦੇ ਦਿੱਤਾ ਗਿਆ ਤੇ ਬਾਡੀ ਦਾ ਜਿਹੜਾ ਸ਼ੈਲ ਉੱਤੇ ਲਾਉਣਾ ਸੀ ਉਹਦਾ ਸਾਡਾ ਟੈਂਡਰ ਹੋ ਗਿਆ ਤੇ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਉਹ ਵੀ ਅਸੀਂ ਮਤਲਬ ਕਿ ਬਾਈ ਦਾ ਐਂਡ ਆਫ ਦਸੰਬਰ ਇਹ 800 ਦੀਆਂ 42 ਦੀਆਂ 42 ਬੱਸਾਂ ਨਵੀਆਂ ਦੌੜਨਗੀਆਂ ਸੜਕਾਂ ਤੇ ਜਿਹੜੀ ਮੈਂ ਉਹਦੇ ਵਿੱਚ ਐਡ ਕਰਾਂਗਾ ਥੋੜ੍ਹਾ ਕਿ ਉਹ ਆਮਦਨ ਜਿੱਥੇ ਵਾਧਾ ਹੋਇਆ ਉੱਥੇ ਸੋ ਕਾਲ ਜਿਹੜੇ ਮਾਫੀਆ ਸੀ ਜਨਮਦਾਤਾ ਉਹਨਾਂ ਨੇ ਆਪਦਾ ਪੈਸਾ ਵੀ ਕਾਲੇ ਤੋਂ ਚਿੱਟਾ ਕੀਤਾ ਵਾਈਟ ਮਨੀ ਮੇਰੇ ਕੋਲ ਇਹ ਇਨਫੋਰਮੇਸ਼ਨ ਵੀ ਹੈ ਕਿ ਉਹਨਾਂ ਦੀ ਬੱਸ ਚੰਡੀਗੜ੍ਹ ਜਾਂਦੀ ਸੀ ਔਰ ਦਿੱਲੀ ਜਾਂਦੀ ਸੀ ਦਿੱਲੀ ਤੋਂ ਵਾਪਸ ਆਉਂਦੀ ਸੀ ਇੱਕ ਦਿਨ 'ਚ ਡਬਲ ਟ੍ਰਿਪ ਲਾ ਹੀ ਨਹੀਂ ਸਕਦੀ ਬੱਸ ਕਿ ਇੱਥੋਂ ਦਿੱਲੀ ਜਾਣਾ ਅਤੇ ਦਿੱਲੀ ਤੋਂ ਵਾਪਸ ਆਉਣਾ ਇੱਕ ਟ੍ਰਿਪ ਲੱਗਦਾ ਲੇਕਿਨ ਕਾਗਜ਼ਾਂ ਦੇ ਵਿੱਚ ਕੇਵਲ 9000 ਰੁਪਇਆ ਲਿਆ ਜਾਂਦਾ ਸੀ ਹਰਿਆਣਾ ਟੈਕਸ ਭਰ ਕੇ ਅਤੇ ਉਹਨੂੰ ਚਲਾ ਕੇ ਦਿਖਾਇਆ ਜਾਂਦਾ ਸੀ ਕਿ ਇਹਨੇ ਡਬਲ ਟ੍ਰਿਪ ਲਾ ਲਿਆ ਉਹ ਜਿਹੜਾ ਪੈਸਾ ਦੂਸਰੇ ਧੰਦਿਆਂ ਤੋਂ ਆਉਂਦਾ ਸੀ ਰੇਤ ਤੋਂ ਕੇਬਲ ਤੋਂ ਡਰੱਗਸ ਤੋਂ ਉਹਨਾਂ ਨੂੰ ਚਿੱਟਾ ਕਰਨ ਦੇ ਵਿੱਚ ਇਹ 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 ਬੱਸਾਂ ਦਾ ਵੀ ਯੋਗਦਾਨ ਉਸ ਮਾਫੀਏ ਨੇ ਇਸਤੇਮਾਲ ਕੀਤਾ ਅੱਗੇ ਜੀ ਨੌਕਰੀਆਂ ਲਈ ਭਰਤੀ ਪ੍ਰਕਿਰਿਆ ਨਵੀਆਂ ਬੱਸਾਂ ਲਈ ਲਗਭਗ ਸਾਨੂੰ 800 ਡਰਾਈਵਰ ਕੰਡਕਟਰ ਅਤੇ ਹੋਰ ਸਟਾਫ ਦੀ ਭਰਤੀ ਪ੍ਰਕਿਰਿਆ ਉਹ ਅਸੀਂ ਸ਼ੁਰੂ ਕਰ ਦਿੱਤੀ ਹੈ FD ਸਾਹਿਬ ਕੋਲ ਸਾਡੀ ਪ੍ਰਪੋਜ਼ਲ ਚਲੀ ਗਈ ਹੈ ਬੱਸਾਂ ਆਉਣ ਤੋਂ ਪਹਿਲਾਂ ਸਾਡੀ ਇਹ ਅਸੀਂ ਇਹਨਾਂ ਤਮਾਮ ਲੋਕਾਂ ਨੂੰ ਆਊਟਸੋਰਸ ਜਾਂ ਕੰਟਰੈਕਟ ਦੇ ਰਾਹੀਂ ਅਸੀਂ ਇਹਨਾਂ ਨੂੰ ਭਰਤੀ ਕਰ ਲਿਆ ਜਾਏਗਾ ਸੋ ਦੈਟ ਸਾਡੀ ਬੱਸ ਜਦੋਂ ਆਏਗੀ ਤੇ ਉਹ ਇੱਕ ਦਿਨ ਵੀ ਖੜੀ ਨਾ ਹੋਵੇ ਬਿਨਾਂ ਡਰਾਈਵਰਸ ਤੇ ਕੰਡਕਟਰਸ ਤੋਂ ਇਹ ਸਾਡੀ ਇਹ ਅਸੀਂ ਕੀਤਾ ਨਵੇਂ ਬੱਸ ਸਟੈਂਡ ਤੇ ਵਰਕਸ਼ਾਪ ਬਣਾਉਣ 30 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬੱਸ ਸਟੈਂਡ ਜਿਨ੍ਹਾਂ ਦੇ ਟੈਂਡਰਸ ਹੋ ਗਏ ਆ ਕਈਆਂ ਦੇ ਟੈਂਡਰਸ ਹੋ ਗਏ ਨੇ ਕੁਝ ਦੇ ਟੈਂਡਰਸ ਰਹਿੰਦੇ ਨੇ ਅਸੀਂ ਤਕਰੀਬਨ 3-4 ਦਿਨਾਂ ਦੇ ਵਿੱਚ ਤਮਾਮ 52 ਨਵੇਂ ਬੱਸ ਅੱਡਿਆਂ ਤੇ 70 ਬੱਸ ਅੱਡਿਆਂ ਦਾ ਨਵੀਨੀਕਰਨ ਕਰ ਰਹੇ ਹਾਂ ਪੰਜਾਬ ਤੇ ਸੋ ਇਹਦੇ ਤੇ ਅਸੀਂ 81 ਕਰੋੜ ਰੁਪਇਆ ਲਾਉਣਾ ਇਹ ਤਮਾਮ ਜਿਹੜੇ ਕੰਮ ਹੈ ਅਸੀਂ ਇਹਨਾਂ ਨੂੰ ਚੌਥੇ ਮੁਤਾਬਕ ਜਿਹੜਾ ਲੇਟ ਹੋਏਗਾ ਜੇ ਕੋਈ ਲੇਟ ਹੋਏਗਾ ਉਹਨੂੰ ਅਸੀਂ ਜੁਰਮਾਨਾ ਪਾਵਾਂਗੇ 7 ਦਿਨਾਂ ਦੇ ਅੰਦਰ ਅੰਦਰ ਜਿਹੜਾ 7 ਡੇਜ਼ ਔਰ 15 ਡੇਜ਼ 3 ਡੇਜ਼ ਦਾ ਡਿਸਪੈਚ ਦਾ ਸਮਾਂ ਅਸੀਂ 3 ਦਿਨਾਂ 'ਚ ਉਹਦਾ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਡਿਸਪੈਚ ਕਰਾਂਗੇ ਅਗਰ 3 ਦਿਨਾਂ ਤੋਂ ਵੱਧ ਡਿਲੇ ਕਰੇਗਾ ਉਹ ਤਾਂ ਅਸੀਂ ਉਹਦੇ ਤੇ ਉਹਨੂੰ ਜੁਰਮਾਨਾ ਪਾਵਾਂਗੇ ਤੇਰੇ ਨਾਲ ਨਾਲ ਇੱਕ ਹੋਰ ਕੀਤਾ ਕਿ ਪਹਿਲਾਂ 7 ਦਿਨ ਡਿਸਪੈਚ ਹੋਣ ਤੋਂ ਬਾਅਦ ਅਗਰ ਕਈ ਵਾਰੀ ਕੋਈ ਲਾਇਸੈਂਸ ਨਹੀਂ ਲੈਣ ਆਉਂਦਾ ਰਜਿਸਟ੍ਰੇਸ਼ਨ ਨਹੀਂ ਲੈਣ ਆਉਂਦਾ ਤਾਂ 7 ਦਿਨ ਉਹ ਪੋਸਟ ਆਫਿਸ ਰਹਿੰਦੀ ਸੀ ਪੂਰੀ ਕਾਪੀ ਉਹਦਾ ਲਾਇਸੈਂਸ ਕਈ ਵਾਰੀ ਕਿਤੇ ਬੰਦਾ ਬਾਹਰ ਗਿਆ ਹੁੰਦਾ ਲੇਕਿਨ ਹੁਣ ਅਸੀਂ ਉਹਨੂੰ ਵਧਾ ਕੇ ਸਮਾਂ 15 ਦਿਨ ਦਾ ਕਿਹਾ ਕਰਨ ਵਾਸਤੇ ਕਿ 15 ਦਿਨ ਉਹ ਪੋਸਟ ਆਫਿਸ ਰਹੇਗੀ ਤਾਂ ਜੋ ਕੋਈ ਵਿਅਕਤੀ ਵੀ 15 ਦਿਨਾਂ ਦੇ ਅੰਦਰ ਅੰਦਰ ਪੋਸਟ ਆਫਿਸ 'ਚੋਂ ਆਪਦਾ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਲੈ ਸਕਦਾ ਹੈ ਡਰਾਈਵਿੰਗ ਲਾਇਸੈਂਸ ਸਰਟੀਫਿਕੇਟਸ ਅਤੇ RTA ਦੇ ਦਫ਼ਤਰ ਵਿੱਚ ਹੋਰ ਕਈ ਪੈਂਡੈਂਸੀ ਬਹੁਤ ਪਈ ਹੈ ਜਦੋਂ ਅਸੀਂ ਇਹਨੂੰ ਇੱਥੇ ਸੈਂਟਰਲਾਈਜ਼ ਕੀਤਾ ਇੱਥੇ ਸਾਡੀ ਹੁਣ ਪ੍ਰਿੰਟਿੰਗ ਹੁੰਦੀ ਹੈ ਰਜਿਸਟ੍ਰੇਸ਼ਨ ਦੀ ਅਤੇ ਉਹਦੀ ਕਾਪੀ ਲਾਇਸੈਂਸ ਦੀ ਪਰ ਲੇਕਿਨ ਪੁਰਾਣਾ ਉਸ ਤੋਂ ਪਹਿਲਾਂ ਦੀਆਂ ਕਈ ਪੈਂਡੈਂਸੀ ਪਈਆਂ ਕਈ ਸ਼ਿਕਾਇਤਾਂ ਸਾਨੂੰ ਮਿਲੀਆਂ ਸੋ ਅਸੀਂ ਹੁਣ ਪੈਂਡੈਂਸੀ ਮੇਲਾ ਲਾ ਰਹੇ ਹਾਂ ਸੋ ਅਸੀਂ ਸਟਾਰਟ ਕਰ ਰਹੇ ਹਾਂ ਮੁਕਤਸਰ ਸਾਹਿਬ ਤੋਂ ਇਹਦਾ ਪਾਇਲਟ
So we are starting before Diwali, as we start kar rahe hain ta jo kise prakar di koi is mahkme de vich pendency nahi rahe kise di copy nu leke kise di license nu leke kise di passing nu leke leke RTA sahiban te pura ohna da daftar utthe baithega te assi inu clear karange and pure Punjab de vich fir assi jila level te assi pendency mele lavange ta jo jehda purana lot hai ja puraniyan pendencies hai oh clear ho sake. ਹੋਰ ਕਈ ਪਹਿਲਕਦਮੀਆਂ ਕੀਤੀਆਂ ਪਹਿਲਾਂ ਪੀ ਆਰ ਟੀ ਸੀ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉੱਪਰ ਤੰਬਾਕੂ ਪਾਨ ਮਸਾਲਾ ਆਦਿ ਦੇ ਇਸ਼ਤਿਹਾਰ ਲੱਗ ਜਾਂਦੇ ਸੀ ਐਡਵਰਟਾਈਜ਼ਮੈਂਟ ਸੋ ਅਸੀਂ ਉਹ ਫੈਸਲਾ ਲਿਆ ਪੀ ਐਮ ਲੈਵਲ ਸਾਡੇ ਐਮ ਡੀ ਲੈਵਲ ਦੇ ਤਮਾਮ ਲੋਕਾਂ ਨੇ ਅਸੀਂ ਆਪ ਖੁਦ ਜਾ ਕੇ ਉਹ ਬੱਸ ਸਟੈਂਡ ਦੀ ਜਿਹੜਾ ਸਾਫ਼ ਸੁਥਰਾ ਵਾਤਾਵਰਨ ਹੁਣ ਬਣਾਇਆ ਇਹ ਨਹੀਂ ਹੈ ਕਿ 15 ਦਿਨ ਬਾਅਦ ਸਫਾਈ ਹੋ ਗਈ ਸਫਾਈ ਰੋਜ਼ ਹੋਇਆ ਕਰੇਗੀ ਲੇਕਿਨ ਇੱਕ ਸਫਾਈ ਦੀ ਇਸ ਤਰ੍ਹਾਂ ਮੁਹਿੰਮ ਹਰ 15 ਦਿਨਾਂ ਬਾਅਦ ਅਸੀਂ ਸੰਡੇ ਵਾਲੇ ਦਿਨ 2-3 ਘੰਟੇ ਲਾ ਕੇ ਇਹ ਕਰਿਆ ਕਰਾਂਗੇ ਸੋ ਦੈਟ ਇਟਸ ਅ ਸਿੰਬੋਲਿਕ ਮੈਸੇਜ ਕਿ ਜਿੱਥੇ ਲੋਕਾਂ ਦੀ ਇੰਨੀ ਫੁੱਟਬਾਲ ਹੈ ਪਬਲਿਕ ਆਉਂਦੀ ਹੈ ਉੱਥੇ ਸਾਫ਼ ਸੁਥਰਾ ਵਾਤਾਵਰਨ ਹੋਣਾ ਚਾਹੀਦਾ ਔਰ ਤੁਸੀਂ ਦੇਖਿਆ ਹੋਏਗਾ ਮਗਰਲੇ 15 ਦਿਨਾਂ 'ਚ ਕਾਫ਼ੀ ਅਸੀਂ ਇਹ ਤਾਂ ਨਹੀਂ ਕਹਾਂਗੇ ਕਿ ਇਟਸ ਨਾਓ ਆਈ ਐਮ ਸੈਟਿਸਫਾਈਡ ਆਮ ਲੇਕਿਨ ਉਹਦੇ ਵਿੱਚ ਹੋਰ ਸੁਧਾਰ ਕਰਾਂਗੇ ਲੇਕਿਨ ਅਸੀਂ ਹੁਣ ਤੱਕ ਕਾਫ਼ੀ ਸਫਾਈ ਵਗੈਰਾ ਜਾਂ ਚੰਗਾ ਮਾਹੌਲ ਬਣਾਇਆ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਕਿ ਆਰ ਟੀ ਐਸ ਕੋਲ ਹੀ ਸੀਗੀ ਪਾਵਰ ਕਿ ਜਿਹੜੀਆਂ ਗੱਡੀਆਂ ਚੈਕਿੰਗ ਕਰਨ ਦੀ ਅਤੇ ਹੋਰ ਕੋਈ ਨਹੀਂ ਕਰ ਸਕਦਾ ਜਾਂ ਸਾਡੇ ਐਸ ਡੀ ਐਮ ਵਗੈਰਾ ਅਸੀਂ ਹੁਣ ਜੀ ਐਮਜ਼ ਨੂੰ ਟੂ ਆਲ ਜੀ ਐਮ ਰਾਈਟ ਸ਼ਿਵਾ ਜੀ ਅਸੀਂ ਸਾਰੇ ਜੀ ਐਮਜ਼ ਨੂੰ ਜਿਹੜੇ ਵੀ ਹੈ ਪੀ ਆਰ ਟੀ ਸੀ ਪੰਜ ਬੱਸ ਦੇ ਅਸੀਂ ਉਹਨਾਂ ਨੂੰ ਇੱਕ ਪਾਵਰ ਦਿੱਤੀ ਹੈ ਕਿ ਹੁਣ ਉਹ 500 ਮੀਟਰ ਦੇ ਏਰੀਏ 'ਚ ਬੱਸ ਅੱਡਾ ਅਤੇ 500 ਮੀਟਰ ਦੇ ਏਰੀਏ 'ਚ ਵਿੱਚ ਚੈਕਿੰਗ ਕਰਨਗੇ ਕਈ ਵਾਰੀ ਬੱਸ ਸਟੈਂਡ ਦੇ ਬਾਹਰ ਬੱਸਿਸ ਖੜੀਆਂ ਹੁੰਦੀਆਂ ਉਹ ਅੰਦਰ ਲੈ ਕੇ ਨਹੀਂ ਜਾਂਦੇ ਬਹੁਤ ਸੇ ਲੋਕਾਂ ਨੇ ਅੱਡ ਅੱਡੇ ਬਣਾਏ ਹੋਏ ਜਿਹੜੇ ਸੋ ਕਿਤੇ ਵੀ ਇਰੈਗੂਲਰਟੀਜ਼ ਹੋ ਰਹੀਆਂ ਤਾਂ ਸਾਡੇ ਜੀ ਐਮਸ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੇ ਬੰਦੀ ਕਾਰਵਾਈ ਕਰ ਸਕਦੇ ਹੈ ਪਹਿਲਾਂ ਪਾਵਰ ਇਹ ਜੀ ਐਮ ਸਾਹਿਬ ਕੋਲੇ ਨਹੀਂ ਸੀ ਜੇ ਹੁਣੇ ਦਿੱਤੀ ਹੈ 500 ਮੀਟਰ ਦੇ ਦਾਇਰੇ 'ਚ ਬੱਸ ਸਟੈਂਡ ਤੋਂ 500 ਮੀਟਰ ਦੇ ਦਾਇਰੇ 'ਚ ਵੱਖ ਵੱਖ ਯੂਨੀਅਨਸ ਮਿਲ ਗਿਆ ਸਾਨੂੰ ਤੁਸੀਂ ਦੇਖਿਆ ਹੋਣਾ ਕਿ ਪੀ ਆਰ ਟੀ ਸੀ ਯੂਨੀਅਨ ਦੇ ਪਹਿਲਾਂ ਧਰਨੇ ਵਰਨੇ ਲੱਗੇ ਸੀ ਸਾਰਾ ਕੁਛ ਅਸੀਂ ਇਹ ਫੈਸਲਾ ਕਰਤਾ ਕਿ ਤਮਾਮ ਉਹਨਾਂ ਲੋਕਾਂ ਦੀ ਤਨਖਾਹ ਦੇ ਵਿੱਚ 30% ਵਾਧਾ ਜਿਹੜਾ ਕਿ ਇਸੇ ਮਹੀਨੇ ਤੋਂ ਅਸੀਂ ਦੇਣ ਜਾ ਰਹੇ ਹਾਂ ਤੇ 5% ਇਨਕਰੀਮੈਂਟ ਹਰ ਸਾਲ ਉਹਨਾਂ ਦੀ ਤਨਖਾਹ ਦੇ ਵਿੱਚ ਕਿਉਂਕਿ ਉਹਨਾਂ ਤੋਂ ਬਿਨਾਂ ਸੀ ਉਹ ਅਧੂਰੇ ਆ ਔਰ ਮੈਨੂੰ ਲੱਗਦਾ ਮਹਿੰਗਾਈ ਦੇ ਨਾਲ ਨਾਲ ਉਹਨਾਂ ਪਰਿਵਾਰਾਂ ਨੂੰ ਇਹ ਜ਼ਰੂਰਤ ਸੀਗੀ ਸੋ ਇਹ ਬੜੀ ਪਹਿਲਕਦਮੀ ਹੈ ਮੁੱਖ ਮੰਤਰੀ ਸਾਹਿਬ ਨਾਲ ਮਿਲ ਕੇ ਉਹਨਾਂ ਦੀ ਮੀਟਿੰਗ ਕਰਾ ਕੇ ਇਹ ਫੈਸਲਾ ਬਿਲਕੁਲ ਰਿਜ਼ੋਲਵ ਹੋ ਚੁੱਕਿਆ ਤਾਂ ਹੀ ਤੁਸੀਂ ਦੇਖਿਆ ਹੋਣਾ ਕਿਸੇ ਪ੍ਰਕਾਰ ਦਾ ਕੋਈ ਧਰਨਾ ਜਿਹੜਾ ਉਹ ਨਹੀਂ ਹੈ ਔਰ ਇਸੇ ਮਹੀਨੇ ਤੋਂ ਉਹਨਾਂ ਦੀ ਤਨਖਾਹ ਦੇ ਵਿੱਚ ਅਸੀਂ ਵਾਧੇ ਨਾਲ 30% ਤਨਖਾਹ ਉਹਨਾਂ ਦੀ ਪਾਵਾਂਗੇ ਤੇ ਹਰ ਪ੍ਰੋਸੈਸ ਆਫ ਲਾਅ ਵਿਲ ਬੀ ਐਸਟੈਬਲਿਸ਼ਡ ਇਨ ਟਰਾਂਸਪੋਰਟ ਡਿਪਾਰਟਮੈਂਟ ਕਿਸੇ ਪ੍ਰਕਾਰ ਦੀ ਕੋਈ ਵੀ ਕੋਤਾਹੀ ਇਹਦੇ ਵਿੱਚ ਨਹੀਂ ਹੋਏਗੀ ਐਂਡ ਪੂਰਨ ਤੌਰ ਤੇ ਅਸੀਂ ਕਾਇਦੇ ਕਾਨੂੰਨ ਨੂੰ ਕਾਇਮ ਰੱਖਦੇ ਹੋਏ ਇਸ ਮਹਿਕਮੇ ਨੂੰ ਤਰੱਕੀ ਦੀਆਂ ਲੀਹਾਂ ਵੱਲ ਲੈ ਕੇ ਜਾਵਾਂਗੇ ਔਰ ਲੋਕਾਂ ਨੂੰ ਇਹਦੇ ਰਾਹੀਂ ਬਹੁਤ ਅਸੀਂ ਬੇਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਹਾਂ ਔਰ ਇੱਕ ਦਿਨ ਆਏਗਾ ਕਿ ਮੇਰੇ ਮਨ ਦੀ ਇੱਛਾ ਹੈ ਕਿ ਲੋਕ ਇਹ ਕਈ ਗੱਲ ਇਹ ਕਹਿਣ ਕਿ ਟਰਾਂਸਪੋਰਟ ਜਿਹੜਾ ਮਹਿਕਮਾ ਹੈ ਉਹਦੇ ਕਰਕੇ ਸਰਕਾਰ ਨੂੰ ਰੈਵੀਨਿਊ ਦਾ ਬਹੁਤ ਫਾਇਦਾ ਹੋ ਰਿਹਾ ਹੈ ਉਹਦੇ ਕਰਕੇ ਲੋਕਾਂ ਨੂੰ ਸਹੂਲਤਾਂ ਮਿਲ ਰਹੀਆਂ ਔਰ ਦੇਸ਼ ਭਰ ਦੇ ਵਿੱਚ ਲੋਕ ਟਰਾਂਸਪੋਰਟ ਪੰਜਾਬ ਟਰਾਂਸਪੋਰਟ ਮਹਿਕਮੇ ਦੀ ਗੱਲ ਕਰਨ ਮੇਰੇ ਮਨ ਦੀ ਇਹ ਇੱਛਾ ਹੈ ਔਰ ਪਰਮਾਤਮਾ ਔਰ ਤੁਹਾਡਾ ਸੰਯੋਗ ਅਗਰ ਮਿਲਦਾ ਰਿਹਾ ਇਹਨਾਂ ਮਾਫੀਆ ਦੇ ਖਿਲਾਫ ਲੜਾਈ ਲੜਨ ਵਾਸਤੇ ਤਾਂ ਮੈਂ ਤੁਹਾਡੇ ਨਾਲ ਇਹ ਪੂਰਨ ਵਾਅਦਾ ਕਰਦਾ ਕਿ ਇਹ ਬਿਲਕੁਲ ਅਸੀਂ ਕਰਕੇ ਤਮਾਮ ਮੇਰੇ ਆਫਿਸਰ ਸਾਹਿਬਾਨ ਇਹ ਕੋਈ ਇਟਸ ਨਾਟ ਆ ਕਿ ਇਕੱਲੇ ਵਿਅਕਤੀ ਦਾ ਕੰਮ ਇਟਸ ਅ ਟੀਮ ਵਰਕ ਸ਼ਿਵਾ ਪ੍ਰਸ਼ਾਦ ਜੀ ਸਾਡੇ ਐਮ ਡੀ ਸਾਹਿਬਾਨ ਸਾਡੇ ਤਮਾਮ ਆਰ ਟੀ ਏ ਸਾਹਿਬਾਨ ਤਮਾਮ ਸਾਡੇ ਜੀ ਐਮ ਸਾਹਿਬਾਨ ਇਹਨਾਂ ਲੋਕਾਂ ਦੇ ਸੰਯੋਗ ਨਾਲ ਹੀ ਮੈਂ ਇਹ ਸਭ ਕੁਝ ਕਰ ਪਾਇਆ ਐਂਡ ਅਫਕੋਰਸ ਇਟਸ ਅ ਆਸ਼ੀਰਵਾਦ ਸਾਨੂੰ ਕਹਿ ਲਓ ਸਾਨੂੰ ਬਲੈਸਿੰਗਸ ਕਹਿ ਲਓ ਚਰਨਜੀਤ ਸਿੰਘ ਚੰਨੀ ਸਾਹਿਬ ਸਾਡੇ ਮੁੱਖ ਮੰਤਰੀ ਪੰਜਾਬ ਕਿਉਂਕਿ ਉਹਨਾਂ ਨੇ ਪਹਿਲੇ ਦਿਨ ਇਹ ਨਾਅਰਾ ਦਿੱਤਾ ਕਿ ਕਿਸੇ ਪ੍ਰਕਾਰ ਦਾ ਕੋਈ ਮਾਫੀਆ ਪੰਜਾਬ ਦੇ ਵਿੱਚ ਨਹੀਂ ਰਹੇਗਾ ਉਹਨਾਂ ਦੇ ਉਸੇ ਸ਼ਬਦਾਂ 'ਤੇ ਪਹਿਰਾ ਦਿੰਦੇ ਹੋਏ ਅਸੀਂ ਇਸ ਮੁਹਿੰਮ ਨੂੰ ਜਾਰੀ ਰੱਖਾਂਗੇ
ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਐਨੀ ਕੁਐਸਚਨਸ ਤੁਸੀਂ ਜ਼ਿਕਰ ਕੀਤਾ ਕਿ ਜਿਸ ਤਰੀਕੇ ਨਾਲ 53 ਲੱਖ ਰੁਪਏ ਦੀ ਆਮਦਨ ਹਰ ਦਿਨ ਦੀ ਵਧੀ ਹੈ ਔਰ ਤੁਸੀਂ ਜ਼ਿਕਰ ਕੀਤਾ ਕਿ ਪਹਿਲਾਂ ਮਾਫੀਆ ਸੀਗਾ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਪਰ 4.5 ਸਾਲ ਤੋਂ ਤੁਹਾਡੀ ਸਰਕਾਰ ਰਹੀ ਹੈ ਉਸ ਦੌਰਾਨ ਵੀ ਇਹ ਘਾਟਾ ਪੈਂਦਾ ਰਿਹਾ ਕਿ ਉਸ ਦੇ ਉੱਤੇ ਵੀ ਕਾਰਵਾਈ ਹੋਊਗੀ ਉਹਨਾਂ ਲੋਕਾਂ ਨੂੰ ਉਹਨਾਂ ਅਫਸਰਾਂ ਨੂੰ ਤੁਸੀਂ ਕਟੜੇ ਦੇ ਵਿੱਚ ਖੜਾ ਕਰੋਗੇ ਜਿਨ੍ਹਾਂ ਨੇ ਇਹ ਘਾਟਾ ਉਪਾਇਆ ਸਰਕਾਰ ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਕਿ 4.5 ਸਾਲ ਸਾਡੀ ਕਾਰਗੁਜ਼ਾਰੀ ਦਾ ਵੀ ਮੈਂ ਪਛਤਾਪ ਕਰਦਾ ਉਹਦੇ ਵਿੱਚ ਨਹੀਂ ਐਂਡ ਮੈਂ ਇਹ ਵੀ ਨਾਲ ਕਹਿ ਚੁੱਕਿਆ ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਕਿ 50 ਲੱਖ ਗੁਣਾ 15 ਸਾਲ 2700 ਕਰੋੜ ਰੁਪਇਆ ਤੇ ਇਹ ਵੀ ਕਹਿ ਚੁੱਕਿਆ ਕਿ ਜਿਹਨਾਂ ਲੋਕਾਂ ਨੇ ਕਤਾਈ ਕੀਤੀ ਉਹਨਾਂ ਦੇ